ਮੈਂ ਕਿਰਨਜੀਤ ਸਿੰਘ ਗਹਿਰੀ, ਪ੍ਰਧਾਨ ਲੋਕ ਜਨਸ਼ਕਤੀ ਪਾਰਟੀ ਪੰਜਾਬ ਪ੍ਰਦੇਸ਼। ਪੰਜਾਬ ਦੇ ਵਿੱਚ ਜਿਹੜਾ ਕੋਰੋਨਾ ਮਹਾਂਮਾਰੀ ਦਾ ਕਹਿਰ ਜਿਹੜਾ ਚੱਲ ਰਿਹਾ ਪੂਰੇ ਦੇਸ਼ ਭਰ ਦੇ ਵਿੱਚ, ਪੂਰਾ ਦੇਸ਼ ਬੜੇ ਸਖਤੇ 'ਚ ਹੈ। ਪਿੰਡ ਬੱਲੂਆਣਾ ਦੇ ਸਰਪੰਚ ਨੌਜਵਾਨ ਟਹਿਲ ਸਿੰਘ ਜੀ, ਲਾਲਚੰਦ ਸ਼ਰਮਾ, ਪੂਰੀ ਪੰਚਾਇਤ ਔਰ ਸਮੁੱਚਾ ਨਗਰ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ਿਲ੍ਹੇ ਪਤਵੰਤੇ ਸੱਜਣ ਦਾਨੇ ਸੱਜਣ ਸਹਿਯੋਗ ਕਰਕੇ ਪਿਛਲੇ ਕਈ ਦਿਨਾਂ ਤੋਂ ਮੈਂ ਦੇਖ ਰਿਹਾ, ਕਈ ਦਿਨਾਂ ਤੋਂ ਇਹ ਲੱਗੇ ਹੋਏ ਨੇ, ਇਹ ਰਾਸ਼ਨ ਜਿਹੜਾ ਹੈਗਾ ਘਰ ਘਰ ਪਹੁੰਚਾਉਣ ਦਾ ਕੰਮ ਕਰ ਰਹੇ ਨੇ। ਕਿਉਂਕਿ ਅੱਜ ਦੇ ਯੁੱਗ 'ਚ, ਇਸ ਔਖੇ ਟਾਈਮ 'ਚ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਕਿਸੇ ਭੁੱਖੇ ਨੂੰ ਰੋਟੀ ਦੇਣੀ, ਕਿਸੇ ਭੁੱਖੇ ਤੱਕ ਅਨਾਜ ਪਹੁੰਚਾਉਣਾ, ਉਹ ਕੰਮ ਇਹ ਕਰ ਰਹੇ ਨੇ। ਤੋ ਮੈਂ ਇਹਨਾਂ ਦਾ, ਸਾਥੀਆਂ ਦਾ ਬਹੁਤ ਧੰਨਵਾਦੀ ਹਾਂ। ਨੌਜਵਾਨ ਸਾਥੀ ਇਹਨਾਂ 'ਚ ਬੜਾ ਉਤਸ਼ਾਹ, ਸਾਰੀ ਪੰਚਾਇਤੀ ਪਿੰਡ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਹਰ ਮੋੜ ਦੇ ਉੱਤੇ ਇਹਨਾਂ ਨੇ ਨਾਕਾ ਲਾਇਆ ਹੋਇਆ, ਕੋਈ ਬਾਹਰੋਂ ਆਉਣ ਜਾਣ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਪੁੱਛਦਸ ਵੀ ਕਰਦੇ ਆ, ਔਰ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਕੱਠ ਨਾ ਹੋਵੇ, ਇਸ ਤਰ੍ਹਾਂ ਦਾ ਸਾਰੀਆਂ ਗੱਲਾਂ ਦਾ ਇਹਨਾਂ ਨੇ ਧਿਆਨ ਰੱਖਿਆ ਹੋਇਆ। ਉਹ ਜਿਹੜਾ ਰਾਸ਼ਨ ਇਹਨਾਂ ਨੇ ਗਰੀਬਾਂ ਤੱਕ ਪਹੁੰਚਾ ਰਹੇ ਆ, ਉਹ ਬੜੀ ਵੱਡੀ ਗੱਲ ਹੈ। ਮੈਂ ਲੋਕ ਜਨਸ਼ਕਤੀ ਪਾਰਟੀ ਵੱਲੋਂ ਨਿੱਜੀ ਤੌਰ 'ਤੇ ਕਿਰਨਜੀਤ ਗਹਿਰੀ, ਇਹਨਾਂ ਨੌਜਵਾਨ ਸਾਥੀਆਂ ਦਾ, ਪੂਰੀ ਪੰਚਾਇਤ ਦਾ, ਸਮੁੱਚੇ ਨਗਰ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਅਤੇ ਸਾਰੇ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹਨਾਂ ਤੋਂ ਪ੍ਰੇਰਣਾ ਲੈ ਕੇ ਇਸ ਤਰ੍ਹਾਂ ਹੀ ਕਰਨਾ ਚਾਹੀਦਾ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ। ਔਰ ਕਈ ਪਿੰਡਾਂ ਦੇ ਵਿੱਚ ਮੈਂ ਦੇਖਦਾ, ਮੈਂ ਬਹੁਤ ਸਾਰੇ ਪਿੰਡਾਂ 'ਚ ਜਾਂਦਾ, ਜਾ ਕੇ ਆਇਆ, ਲੋਕ ਗਰੀਬਾਂ ਦੀ ਸੇਵਾ ਘੱਟ, ਰਾਜਨੀਤੀ ਜ਼ਿਆਦਾ ਕਰਦੇ, ਪਰ ਇੱਥੇ ਜਿਹੜੀ ਰਾਜਨੀਤੀ ਵਾਲਾ ਮੈਂ ਚੀਜ਼ ਦੇਖੀ ਹੈ ਕਿ ਕੋਈ ਕਿਸੇ ਤਰ੍ਹਾਂ ਦੀ ਰਾਜਨੀਤੀ ਜਾਂ ਕੋਈ ਭੇਦਭਾਵ ਦੀ ਗੱਲ ਨਹੀਂ ਹੈਗੀ। ਹਰ ਘਰ ਤੱਕ ਰੋਟੀ ਪਹੁੰਚਾਉਣ ਦਾ ਯਤਨ, ਜਿਹੜਾ ਅਨਾਜ ਪਹੁੰਚਾਉਣ ਦਾ ਯਤਨ ਕਰ ਰਹੇ ਨੇ, ਬਹੁਤ ਇਹਨਾਂ ਦਾ, ਸਾਥੀਆਂ ਦਾ ਧੰਨਵਾਦ। ਮੈਂ ਇੱਥੇ ਅੱਜ ਇਸ ਕਰਕੇ ਆਇਆ ਕਿ ਮੈਂ ਸਾਰੇ ਸਾਥੀਆਂ ਦਾ ਹੌਸਲਾ ਅਫਜਾਈ ਕਰਾਂ, ਸਾਰੇ ਪਿੰਡਾਂ ਦੇ ਵਿੱਚ ਮੈਂ ਹੋ ਕੇ ਆਇਆ, ਲੋਕਾਂ ਨੂੰ ਪੁੱਛ ਕੇ ਆਇਆ ਘੱਟੋ ਘੱਟ, ਕਿਉਂਕਿ ਇਸ ਔਖੇ ਟਾਈਮ 'ਚ ਜੇ ਕੋਈ ਬੰਦਾ ਜਾ ਕੇ ਕਿਸੇ ਨੂੰ ਕੁਛ ਨਹੀਂ ਵੀ ਦੇ ਸਕਦਾ ਤਾਂ ਵੈਸੇ ਹੀ ਖਰਚ ਪੁੱਛ ਲਏ, ਤਾਂ ਇਸ ਟਾਈਮ 'ਚ ਉਹ ਵੀ ਉਹਨੂੰ ਬੜਾ ਹੌਸਲਾ ਮਿਲਦਾ। ਤੋ ਸਾਰੇ ਹੀ ਪੋਲੀਟੀਕਲ ਜਿਹੜੇ ਲੀਡਰ ਹੈਗੇ ਆ, ਤੋ ਕੁਛ ਲੋਕ ਜਿਹੜੇ ਹੈਗੇ ਆ ਉਹ ਤਾਂ ਅੰਦਰੋਂ ਬਾਹਰ ਡਰਦੇ ਨਿਕਲਦੇ ਨਹੀਂ ਆ, ਪਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਮਹਾਂਮਾਰੀ ਦੇ ਕਹਿਰ 'ਚੋਂ ਸਮੁੱਚੀ ਦੁਨੀਆ ਨੂੰ, ਪੰਜਾਬ ਨੂੰ ਬਚਾਇਆ ਜਾਵੇ। ਮੈਂ ਲਾਲਚੰਦ ਸ਼ਰਮਾ, ਮੇਰਾ ਪਿੰਡ ਬੱਲੂਆਣਾ ਜੀ, ਅਤੇ ਮੈਂ ਲੋਕ ਜਨਸ਼ਕਤੀ ਪਾਰਟੀ ਦੇ ਜਨਰਲ ਸੈਕਟਰੀ ਹਾਂ ਪੰਜਾਬ ਦਾ, ਅਤੇ ਮੈਂ ਪੰਚਾਇਤ ਮੈਂਬਰ ਹਾਂ ਪਿੰਡ ਦਾ। ਅਤੇ ਸਾਡੀ ਜਿਹੜੀ ਪੰਚਾਇਤ ਹੈ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਹ ਮਤਲਬ ਕਿ ਇਹ ਕੰਮ ਕਰ ਰਹੀ ਹੈ ਲੋਕਾਂ ਦੀ ਜਿਹੜੀ ਗਰੀਬੀ ਹੈ, ਕਿਉਂਕਿ ਹੁਣ ਲੋਕ ਜਦੋਂ ਕੰਮ ਕਰਨ ਵਾਲੇ ਕੰਮ ਤਾਂ ਸਾਰਾ ਬੰਦ ਹੋ ਗਏ, ਅਤੇ ਅਸੀਂ ਜਿਹੜਾ ਕਿ ਜੋ ਵੀ ਦਾਨੀ ਸੱਜਣਾ ਸਾਡੇ ਉਹਨਾਂ ਦੀ ਮਦਦ ਨਾਲ ਅਤੇ ਗੁਰਦੁਆਰਾ ਸਾਹਿਬ ਦੀ ਮਦਦ ਨਾਲ ਅਤੇ ਬਾਕੀ ਸਾਡੇ ਗਹਿਰੀ ਸਾਹਿਬ ਹੈ ਜਿਹੜੇ ਉਹ ਸਾਡੀ ਪੂਰੀ ਤਰਮਨ ਨਾਲ ਮਦਦ ਕਰ ਰਹੇ ਹੈ। ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਮੁਸੀਬਤ ਵਿੱਚ ਸਾਧਦੇ ਹਾਂ, ਉਹ ਨਾ ਦਿਨ ਵੇਖਦੇ ਨਾ ਰਾਤ ਵੇਖਦੇ ਆ, ਅਤੇ ਉਹ ਸਾਡੇ ਕੋਲ ਆਉਂਦੇ ਆ, ਹਰ ਇੱਕ ਮੁਸੀਬਤ ਸਾਡੇ ਨਾਲ ਆ ਉਹ। ਇੰਨਾ ਕਹਿੰਦਾ ਹੋਇਆ ਮੈਂ ਬਸ ਇਹੀ ਬੇਨਤੀ ਕਰਦਾ ਵੀ ਹੁਣ ਜਿਹੜਾ ਸਮਾਂ ਇਹ ਬਹੁਤ ਖਤਰਨਾਕ ਹੈ, ਅਤੇ ਪਾਰਟੀ ਤੋਂ ਉੱਪਰ ਉੱਠ ਕੇ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਬਿਮਾਰੀ ਨਾਲ ਲੜਨਾ ਚਾਹੀਦਾ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਵੀਰ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਟਹਿਲ ਸਿੰਘ, ਪਿੰਡ ਬੱਲੂਆਣਾ ਸਰਪੰਚ। ਅਤੇ ਜੋ ਕਿ ਇਹ ਕੋਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਹੈ ਉਹਦੇ ਮੱਦੇਨਜ਼ਰ ਰੱਖਦੇ ਹੋਏ ਪਿੰਡ ਦੇ ਸਹਿਯੋਗ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਅਤੇ ਦਾਨੀ ਸੱਜਣਾ ਸਹਿਯੋਗ ਨਾਲ ਅਸੀਂ ਘਰ ਘਰ ਰਾਸ਼ਨ ਪਹੁੰਚਾ ਰਹੇ ਹਾਂ ਗਰੀਬ ਲੋਕਾਂ ਨੂੰ, ਅਤੇ ਇਸ ਤੋਂ ਪਹਿਲਾਂ ਵੀ ਦੋ ਵਾਰ ਰਾਸ਼ਨ ਪਹੁੰਚਾ ਚੁੱਕੇ ਹਾਂ। ਅਤੇ ਪਿੰਡ ਦਾ ਮੇਰੇ ਨਾਲ ਬਹੁਤ ਜ਼ਿਆਦਾ ਵੱਡਾ ਸਹਿਯੋਗ ਹੈ ਜਿਹੜਾ ਦਾਨੀ ਸੱਜਣਾ ਅਤੇ ਪੰਚਾਇਤ, ਅਤੇ ਹੁਣ ਗੁਰੂ ਘਰ ਦੀ ਕਮੇਟੀ ਨੇ ਵੀ ਆਪਦਾ ਗੋਲ ਖੋਲ੍ਹ ਕੇ ਗਰੀਬਾਂ ਲਈ, ਗਰੀਬਾਂ ਲਈ ਦਾਨ ਦਿੱਤਾ ਗਿਆ। ਅਤੇ ਅਸੀਂ ਕਰਨਜੀਤ ਸਿੰਘ ਗਹਿਰੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਨਾਲ ਹਰ ਵੇਲੇ ਮੁਸੀਬਤ 'ਚ ਸਾਡਾ ਨਾਲ ਸਾਥ ਦਿੰਦੇ ਆ, ਉਹਨਾਂ ਦੇ ਸਾਡਾ ਬਹੁਤ ਵੱਡਾ ਯੋਗਦਾਨ ਆ ਸਾਡੇ ਨਾਲ। ਅਸੀਂ ਸਾਰੇ ਸਹਿਯੋਗ ਪਿੰਡ ਦਾ ਧੰਨਵਾਦ ਕਰਦੇ ਹਾਂ ਅਤੇ ਦਾਨੀ ਸੱਜਣਾ ਦਾ, ਅਤੇ ਅਸੀਂ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਪੰਚਾਇਤ ਦਾ ਸਹਿਯੋਗ ਦੇਣ ਇਸ ਮਹਾਂਮਾਰੀ ਤੋਂ ਲੜਨ ਲਈ, ਅਤੇ ਆਪਣਾ ਆਪਣਾ ਬਚਾਅ ਰੱਖਣ ਅਤੇ ਘਰ ਘਰ ਅੰਦਰ ਬੈਠਿਆ ਜਾਵੇ, ਇਸ ਬਿਮਾਰੀ ਨੂੰ ਹਲਕੇਪਣ 'ਚ ਨਾ ਲਿਆ ਜਾਵੇ। ਅਸੀਂ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਇਸ ਦੇ ਨਾਲ ਇਕੱਲਾ ਮੈਂ ਨਹੀਂ, ਸਾਰਿਆਂ ਦੇ ਸਹਿਯੋਗ ਨਾਲ ਇਹ ਬਿਮਾਰੀ ਨੂੰ ਲੜਿਆ ਜਾ ਸਕਦਾ, ਅਤੇ ਵੱਧ ਚੜ੍ਹ ਕੇ ਪੰਚਾਇਤ ਦਾ ਸਹਿਯੋਗ ਦੇਣ ਅਤੇ ਦਾਨੀ ਸੱਜਣ ਵੀ, ਅਤੇ ਹੋਰਾਂ ਨੂੰ ਵੀ ਅਸੀਂ ਪ੍ਰੇਰਿਤ ਕਰਦੇ ਹਾਂ ਕਿ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਇਹ ਬਿਮਾਰੀ ਨਾਲ ਲੜਿਆ ਜਾ ਸਕਦਾ। ਧੰਨਵਾਦ। ਆਜੋ ਪ੍ਰਧਾਨ ਜੀ, ਆਜੋ।
फिर अब करो कोई पढ़ रहे।